ਦੇ ਵਿੱਚ ਗੈਂਗ ਬੜਾ ਐਕਟਿਵ ਹੋਇਆ ਸੀਗਾ ਉਹਨਾਂ ਨੇ ਪਹਿਲਾਂ ਤੇ ਬਾਰਡਰ ਦੇ ਉੱਤੇ ਚੌਂਤਰਾ ਪੋਸਟ ਦੇ ਉੱਤੇ ਦੁਰੰਗਲਾ ਥਾਣਾ ਦੇ ਵਿੱਚ 2 ਕਿਲੋ ਹੀਰਨ ਜਿਹੜੀ ਸੀਗੀ ਉੱਥੋਂ ਫੜੀ ਗਈ ਸੀਗੀ ਇਹ ਬੰਦਾ ਸਮਗਲ ਕਰਕੇ ਲਿਆਇਆ ਸੀਗਾ ਉਹ BSF ਨੇ ਫੜੀ ਸੀ 2 ਜਿਹੜੀ ਕਿਲੋਗ੍ਰਾਮ ਹੀਰਨ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੁਡਿਆਣਾ ਪਿੰਡ ਦੇ ਵਿੱਚ ਪੋਕਟ ਬੈਂਕ ਲੁੱਟ ਲਈ ਸੀ ਜਿਹਦੇ ਵਿੱਚ 5.5 ਲੱਖ ਰੁਪਈਆ ਇਹ ਲੁੱਟ ਕੇ ਲੈ ਗਏ ਸੀਗੇ ਤੀਸਰਾ ਇਹਨਾਂ ਨੇ ਇੱਕ ਬੰਦੇ ਦੇ ਉੱਥੇ ਜਾ ਕੇ ਲੱਕ ਦੇ ਵਿੱਚ ਗੋਲੀ ਮਾਰ ਦਿੱਤੀ ਸੀਗੀ ਗੁਰਦਾਸਪੁਰ ਦੇ ਵਿੱਚ ਹੀ ਇਹਨਾਂ ਸਾਰੀਆਂ ਵਾਰਦਾਤਾਂ ਨੂੰ SSP ਸਾਹਿਬ ਮਿਸਟਰ ਸੋਹਲ ਰਜਿੰਦਰ ਸੋਹਲ ਅਤੇ ਇਹਨਾਂ ਦੀ ਪਾਰਟੀ SP ਡਿਟੈਕਟਿਵ DSP ਸਿਟੀ ਅਤੇ DSP ਡਿਟੈਕਟਿਵ ਜਿਹੜੇ ਸੀ ਇੰਚਾਰਜ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਉਹ ਟੀਮ ਨੇ ਬਹੁਤ ਮਿਹਨਤ ਕੀਤੀ ਅਤੇ 25 ਤਰੀਕ ਨੂੰ ਇਹਨਾਂ ਨੇ ਬੰਦੇ ਜਿਹੜੇ 3 ਬੰਦੇ ਇਨਵੋਲਵ ਹੈਗੇ ਆ ਉਹ 3 ਦੇ 3 ਅਰੈਸਟ ਕਰ ਲਏ ਹੈਗੇ ਆ ਉਹਨਾਂ 3 ਬੰਦਿਆਂ ਕੋਲੋਂ 3 ਵੈਪਨ ਵੀ ਰਿਕਵਰ ਕੀਤੇ ਨੇ ਜਿੱਦਾਂ ਕਿ ਜਿਹੜੇ ਤੁਹਾਨੂੰ ਦਿਖਾ ਰਿਹਾ ਇਹਦੇ ਨਾਲ 30,000 ਰੁਪਈਆ ਵੀ ਰਿਕਵਰ ਕੀਤਾ ਅਤੇ ਇੱਕ ਟੂਰਿਸਟ ਕਾਰ ਵੀ ਪਕੜੀ ਗਈ ਹੈ ਇਹਦੇ ਨਾਲ ਇਹ ਪੂਰੇ ਦਾ ਪੂਰਾ ਮੋਡਿਊਲ ਜਿਹੜਾ ਹੈਗਾ SSP ਗੁਰਦਾਸਪੁਰ ਮਿਸਟਰ ਸੋਹਲ ਦੀ ਅਗਵਾਈ ਹੇਠ ਪੂਰੀ SIT ਨੇ ਬਹੁਤ ਮਿਹਨਤ ਕਰਕੇ ਅਤੇ ਪੂਰੇ ਦਾ ਪੂਰਾ ਜਿਹੜਾ ਮੋਡਿਊਲ ਸੀ ਇਹਨੂੰ ਨਿਊਟਰਲਾਈਜ਼ ਕਰ ਦਿੱਤਾ ਸਾਰੇ ਬੰਦੇ ਅਰੈਸਟ ਕਰ ਦਿੱਤੇ ਔਰ ਨਾਓ ਵੀ ਲੁੱਕ ਫੋਰਵਰਡ ਟੂ ਸੀਜ਼ਿੰਗ ਦੇਅਰ ਪ੍ਰੋਪਰਟੀਜ਼ ਆਲਸੋ ਉਹਦੇ ਲਈ ਬੈਂਕ ਅਕਾਊਂਟ ਜਿਹੜੀਆਂ ਡਿਟੇਲਸ ਹੈਗੀਆਂ ਉਹ ਸਾਰੀਆਂ ਲੈ ਕੇ ਉਹਨਾਂ ਨੂੰ ਵੀ ਸੀਜ਼ ਕਰਵਾਵਾਂਗੇ ਜਿਹੜਾ ਵੀ ਇਹਨਾਂ ਦਾ ਇਹਨਾਂ ਨੇ ਸਮਾਨ ਇਕੱਠਾ ਕੀਤਾ ਹੋਇਆ ਲੋਕਾਂ ਨੂੰ ਲੁੱਟ ਮਾਰ ਕੇ ਇਕੱਲੇ ਗੁਰਦਾਸਪੁਰ ਵਿੱਚ ਹੀ ਨਹੀਂ ਅੰਮ੍ਰਿਤਸਰ ਰੂਰਲ ਦੇ ਵਿੱਚ ਵੀ ਆਪਰੇਟ ਕਰਦੇ ਸੀ ਇਹਨਾਂ ਦੇ ਹੀਨੀਅਸ ਕ੍ਰਾਈਮ ਦੇ 5 ਕੇਸਿਸ ਰਜਿਸਟਰਡ ਨੇ 3 ਬੰਦੇ ਪਕੜੇ ਗਏ ਨੇ ਇਹਨਾਂ ਦੇ ਨਾਂ ਹੈਗੇ ਆ 3 ਬੰਦਿਆਂ ਦੇ ਸੁਖਦੀਪ ਸਿੰਘ ਏਲੀਅਸ ਘੁੱਦਾ ਹਰਵਿੰਦਰ ਸਿੰਘ ਦੋਧੀ ਅਤੇ ਤੀਸਰੇ ਬੰਦੇ ਦਾ ਨਾਂ ਹੈਗਾ ਹਰਜੀਤ ਸਿੰਘ ਏਲੀਅਸ ਜੀਤਾ ਇਹ ਹੈ ਸਹੂਰ ਕਲਾਂ ਦਾ ਅਰ ਟੂ ਸਟਿਲ ਆਰ ਐਟ ਲਾਰਜ ਵੀ ਆਰ ਲੁਕਿੰਗ ਫੋਰ ਦੈਮ ਆਲਸੋ ਬਟ ਵੈਰੀ ਸੂਨ ਵੀ ਵਿਲ ਕੈਚ ਦੈਮ ਆਲਸੋ ਇਹ 30,000 ਰੁਪਈਆ ਕੈਸ਼ ਰਿਕਵਰ ਕੀਤਾ ਜੀ 2 ਪਿਸਟਲ 32 ਬੋਰ ਦੇ 1 ਪਿਸਟਲ 30 ਬੋਰ ਦਾ 3 ਵੈਪਨ ਹੋ ਗਏ ਔਰ ਇੱਕ ਸਵਿਫਟ ਕਾਰ ਇਹਨਾਂ ਤੋਂ DL2CAF9754 ਉਹ ਜਿਹੜੀ ਯੂਜ਼ ਕੀਤੀ ਸੀ ਇਹਨਾਂ ਨੇ ਬੈਂਕ ਡਰੋਬਰੀ ਦੇ ਵਿੱਚ ਉਹ ਵੀ ਰਿਕਵਰ ਕਰ ਲਈ ਹੈਗੀ ਹਾਂਜੀ ਗੈਂਗਸਟਰ ਨੇ ਬੇਸਿਕਲੀ ਦੇ ਇੰਟਰਨੈਸ਼ਨਲ ਜਿਹੜੀ ਸਾਡੇ ਨਾਲ ਸਰਹੱਦ ਲੱਗਦੀ ਹੈ ਪਾਕਿਸਤਾਨ ਦੀ ਉੱਥੇ ਓਪਰੇਟ ਕਰਦੇ ਸੀਗੇ 2 ਕਿਲੋ ਹੀਰੋਨ ਇਜ਼ ਕੁਆਇਟ ਅ ਬਿਗ ਅਮਾਊਂਟ ਫਾਰ ਦੈਟ ਮੈਟਰ